ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੇ ਵੀ ਸਾਰੇ ਵਧੀਆ ਹੋਣਗੇ। ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਵੀ ਆ ਤੇ ਅੱਜ ਆਪਾਂ ਰੈਸਟ ਭਰੇ ਆ, ਗਏ ਨਹੀਂ ਹੈਗੇ ਕੰਮ ਨੂੰ, ਸਾਰੇ ਜਣੇ ਛੁੱਟੀ ਭਰੇ, ਅੱਜ ਬਾਈ ਰਾਹੀਂ ਪ੍ਰਦੀਪ ਰਾਹੀਂ ਸਾਰੇ ਛੁੱਟੀ ਭਰੇ ਆ ਤੇ ਮੈਂ ਤਾਂ ਕੱਲੂ ਵੀ ਛੁੱਟੀ ਭਰੇ ਆ ਤੇ ਪਰਸੋਂ ਨੂੰ ਵੀ ਛੁੱਟੀ ਭਰੇ ਆ, ਕਿਉਂਕਿ ਕੱਲੂ ਜਾਣਾ ਕਿਤੇ ਤੇ ਉਹ ਨੈਕਸਟ ਵੀਡੀਓ 'ਚ ਦੱਸੂਗੇ ਵੀ ਕਿੱਥੇ ਜਾਣਾ। ਬਾਕੀ ਅੱਜ ਘਰ ਹੀ ਆਪਾਂ, ਬਾਕੀ ਜਿੰਨਾ ਕੁ ਵੀ ਅੱਜ ਦਿਨ 'ਚ ਕੁਛ ਹੋਇਆ ਦੇਖ ਲੂੰਗੇ, ਨਾਲ ਤੁਹਾਨੂੰ ਦਿਖਾ ਦੂੰਗੇ ਤੇ ਕੱਲ ਕਣਕ ਪਾਣੀ ਲਾਉਣ ਗਿਆ ਉਹਦਾ ਰਾਤ ਖੇਤਾਂ 'ਚ, ਦੇਖਿਆ ਜਾ ਕੇ ਕਣਕ ਕਿੱਡੀ ਕਿ ਬੜੀ ਹੋ ਗਈ ਵੀ ਆ, ਪਾਣੀ ਵਧੀਆ ਲੱਗਿਆ ਕਿ ਨਹੀਂ ਲੱਗਿਆ ਦੇਖਿਆ ਜਾ ਕੇ। ਰੋਟੀ ਖਾ ਲਈ, ਰੋਟੀ ਨਹੀਂ ਖਾਧੀ ਹੈਗੀ ਜੇ, ਰੋਟੀ ਰੂਟੀ ਖਾ ਕੇ ਤੇ ਫਿਰ ਚੱਲਦੇ ਖੇਤਾਂ 'ਚ ਨੂੰ, ਕੀ ਹੋਰ ਕੰਮ ਆ ਜਿਹੜੇ ਇੱਕ ਦੋ ਕਰ ਲੂੰਗੇ। ਮੈਂ ਸੋਚ ਰਿਹਾ ਬੁਲਟ ਦੀ ਸਰਵਿਸ ਕਰਾਉਣੇ ਨੂੰ, ਇੱਕ ਬੁਲਟ ਦਾ ਮੂਹਰੇ ਵਾਲਾ ਜਿਹੜਾ ਸ਼ੋਕਰ ਆ ਉਹ ਬੋਲ ਲੀਕ ਕਰ ਰਿਹਾ ਤੇ ਬਾਕੀ ਦੇਖਦੇ ਆ, ਕਰਾ ਲੈਂਦੇ ਸਰਵਿਸ, ਨਹੀਂ ਫਿਰ ਮੈਂ ਸੋਚਦਾ ਵੀ ਸਪਲੈਂਡਰ ਲੈ ਜੂੰਗੇ ਕੱਲੂ ਜਿੱਥੇ ਜਾਣਾ ਸੀ, ਤੇ ਜਿੱਦਾਂ ਵੀ ਹੋਇਆ ਦੇਖ ਲੂੰਗੇ ਵੀਡੀਓ 'ਚ ਪਤਾ ਲੱਗੇ ਜਾਣਾ ਸਪਲੈਂਡਰ ਲੈ ਕੇ ਜਾਂਦੇ ਕਿ ਬੁਲਟ ਲੈ ਕੇ ਜਾਂਦੇ ਆ। ਤੇ ਬਾਕੀ ਆਪਾਂ ਰੋਟੀ ਖਾ ਲਈਏ, ਰੋਟੀ ਖਾ ਕੇ ਫਿਰ ਦੁਬਾਰਾ ਮਿਲਦੇ ਆ। ਲਓ ਜੀ, ਇੱਕ ਵਾਰ ਫਿਰ ਤੇ ਆਪਾਂ ਰੈਡੀ ਹੋ ਗਏ ਆ, ਲੰਚ ਕਰ ਲਿਆ ਆਪਾਂ ਨੇ, ਪਹਿਲਾਂ ਮੈਂ ਘਰਾਂ ਹੀ ਬੈਠਾ ਰਿਹਾ, ਵੀਡੀਓ ਐਡਿਟ ਕਰੀ, ਕੱਲ ਵਾਲੀ ਵੀਡੀਓ ਜਿਹੜੀ ਪਈ ਤੀ ਉਹ ਐਡਿਟ ਕਰੀ ਆ, ਥੋੜ੍ਹੀ ਬਹੁਤੀ ਰਹਿੰਦੀ, ਥੋੜ੍ਹੀ ਬਹੁਤੀ ਰਾਤ ਕਰ ਲਈ ਤੀ ਐਡਿਟ ਤੇ ਐਡਿਟ ਕਰਕੇ ਅਪਲੋਡ ਕਰੀ ਆ, ਵੀਡੀਓ ਦੇਖ ਲਓ ਜਾ ਕੇ। ਤੇ ਪਹਿਲਾਂ ਮੈਂ ਸੋਚ ਰਿਹਾ ਤੁਸੀਂ ਲੈਪਟਾਪ 'ਚ ਕਰਦੇ ਐਡਿਟ, ਪਰ ਲੈਪਟਾਪ 'ਚ ਉਹ ਗੱਲ ਬਣ ਨਹੀਂ ਰਹੀ ਹੈਗੀ ਜਿਹੜੀ ਬਣਨੀ ਚਾਹੀਦੀ ਆ, ਫਿਰ ਮੈਂ ਫੋਨ ਨਾਲੇ ਕਰਤੀ ਤੇ ਜਿਹੜੀ ਆਹ ਵਾਲਾ ਬਲੋਗ ਆ ਜਿਹੜਾ ਐਡਿਟ ਕਰਕੇ ਦੇਖੂੰਗੇ ਲੈਪਟਾਪ 'ਚ, ਜੇ ਹੋ ਗਿਆ ਵਧੀਆ ਤੇ ਨਹੀਂ ਫਿਰ ਫੋਨ ਨਾਲੇ ਕਰ ਲਿਆ ਕਰੂੰਗੇ, ਫੋਨ ਨਾਲ ਵਧੀਆ ਹੁੰਦਾ। ਤੇ ਬਾਕੀ ਆਹ ਪੀ ਲਈਏ, ਮੈਨੂੰ ਚਾਹ ਕਿਆ ਕਿ ਆਇਆ ਚਾਹ ਬਣ ਰਹੀ ਆ, ਆਹ ਪੀ ਕੇ ਫਿਰ ਚੱਲਦੇ ਖੇਤਾਂ 'ਚ ਨੂੰ। ਲੈਪਟਾਪ ਇੱਦਾਂ ਹੀ ਪਿਆ ਸਵੇਰ ਦਾ ਤੇ ਮੈਂ ਔਨ ਕਰਕੇ ਨਹੀਂ ਦੇਖਿਆ ਹੈਗਾ, ਵੀਡੀਓ ਐਡਿਟ ਰਾਤੇ ਕਰੀ ਤੀ, ਸਵੇਰੋਂ ਤਾਂ ਕਰੀ ਨਹੀਂ ਹੈਗੀ। ਤੇ ਬਾਕੀ ਇੱਕ ਵਾਰ ਫਿਰ ਕਰਕੇ ਦੇਖ ਲੈਂਦੇ ਆ, ਆਹ ਵਾਲਾ ਐਪ ਕਰਿਆ ਤਾ ਡਾਊਨਲੋਡ ਵੀਡੀਓ ਐਡਿਟ ਵਾਸਤੇ, ਜਦੋਂ ਕਾਫੀ ਆਪਸ਼ਨ ਆ ਗਏ ਫੋਨ 'ਚ, ਹਜੇ ਇੰਨਾ ਉਹ ਨਹੀਂ ਹੁੰਦਾ ਹੈਗਾ, ਲੈਟ ਚਲੀ ਗਈ ਤੇ ਥੋੜ੍ਹਾ ਜਿਹਾ ਦਿਮਾਗ ਲੱਗ ਇਹਨੂੰ ਸਮਝਣਾ ਪੈਣਾ, ਐਡਿਟ ਕਰਨੇ ਸਿੱਖਤਾ ਜਾਣਾ। ਤੇ ਬਾਕੀ ਕੋਸ਼ਿਸ਼ ਕਰਕੇ ਦੇਖਦੇ ਆ, ਕੋਸ਼ਿਸ਼ ਕਰ ਲੈਂਦੇ ਆ, ਨਹੀਂ ਤਾਂ ਫਿਰ ਕੰਮ ਨੂੰ ਦੇਖਦੇ ਆ, ਕੱਢ ਕੇ ਮੂਵੀ ਪਈ ਆ ਇਹਦੇ 'ਚ ਇੱਕ ਤੇ ਮੂਵੀ ਦੇਖ ਲੈਂਦੇ ਆ, ਐਡਿਟ ਵਾਲਾ ਕੰਮ ਫਿਰ ਸ਼ਾਮ ਨੂੰ ਦੇਖੂੰਗੇ ਕਰਕੇ। ਲਓ ਬਈ, ਚਾਹ ਵੀ ਹੈਗੀ ਤੇ ਇੱਧਰ ਮੂਵੀ ਵੀ ਚੱਲ ਰਹੀ ਆ, ਚਾਹ ਪੀਂਦੇ ਪੀਂਦੇ ਜਿੰਨੀ ਕੁ ਮੂਵੀ ਦੇਖ ਹੁੰਦੀ ਹੈ ਦੇਖ ਲੈਂਦੇ ਆ, ਉਹਦੇ ਬਾਅਦ ਖੇਤਾਂ 'ਚ ਚੱਲਦੇ ਆ ਤੇ ਫਿਰ ਮੁੜ ਕੇ ਅੱਗ ਦੇਖ ਲੂੰਗੇ, ਵਿਹਲੇ ਹੀ ਆਪਾਂ ਅੱਜ ਤਾਂ। ਚਾਹ ਪੀ ਕੇ ਆ ਗਏ ਤੇ ਆਪਾਂ ਮੂਵੀ ਉੱਥੇ ਛੱਡਿਆ ਆ, ਖੇਤਾਂ 'ਚ ਗੇੜਾ ਮਾਰਿਆ ਨੇ ਪਹਿਲਾਂ, ਮੁੜ ਕੇ ਆ ਕੇ ਮੂਵੀ ਦੇਖਦੇ ਆ ਫਿਰ, ਨਾਲ ਤਾਂ ਕੋਈ ਆਇਆ ਨਹੀਂ, ਇਕੱਲਾ ਹੀ ਆਇਆ ਮੈਂ, ਕੋਈ ਗੱਲ ਨਹੀਂ, ਇਕੱਲੇ ਨੂੰ ਵੀ ਜਾ ਜਾਂਦੇ ਆ, ਗੇੜਾ ਹੀ ਮਾਰਨਾ ਹੈ, ਗੇੜਾ ਮਾਰ ਕੇ ਮੁੜ ਜਾਂਦੇ ਆ। ਗ੍ਰੀਨ ਗ੍ਰੀਨ ਹੋਇਆ ਵਾ ਸਾਰਾ, ਵਧੀਆ ਲੱਗਦਾ, ਬਾਕੀ ਉੱਪਰ ਜਾ ਕੇ ਦਿਖਾਉਂਦਾ, ਉੱਪਰ ਜਾ ਕੇ ਹੋਰ ਵਧੀਆ ਲੱਗਣਾ, ਹੋਰ ਗ੍ਰੀਨ ਹੋਣਾ ਉੱਪਰ ਜਾ ਕੇ ਤਾਂ। ਸਵੇਰੋਂ ਜਤਿੰਦਰ ਹੀ ਗਏ ਤੇ ਪਾਣੀ ਲੈਣ, ਜਤਿੰਦਰਾਂ ਦਾ ਬੂਟਿਆਂ ਦਾ ਪਾਣੀ ਰਹਿ ਗਿਆ ਤਾਂ ਲਾਣੇ ਨੂੰ, ਕੰਨਾਂ ਦਾ ਰਾਸ ਲਾਇਆ ਤਾਂ ਜਾ ਕੇ, ਉਹ ਵੀ ਸਵੇਰੋਂ ਗਏ ਤੇ 6 ਵਜੇ 8 ਵਜੇ ਤੱਕ ਮੁੜਿਆ ਤੇ 2 ਘੰਟੇ 'ਚ ਪਾਣੀ ਲਾ ਲੂ ਕੇ ਮੁੜਿਆ ਤੇ ਵਾਪਸ ਉਹ। ਵੈਸੇ ਰਾਤ ਨਾਲ ਤੇ ਦਿਨ 'ਚ ਪਾਣੀ ਵਧੀਆ ਲੱਗਦਾ, ਕਿਉਂਕਿ ਹੁਣ ਕਣਕ ਵੀ ਬੜੀ ਹੋ ਗਈ ਵੀ ਆ, ਕਣਕ ਟੁੱਟਣੇ ਦਾ ਵੀ ਖਤਰਾ ਰਹਿੰਦਾ ਕਿਉਂਕਿ ਪੈਪ ਪੂਪ ਵਿਛਾਉਣੇ ਪੈਂਦੇ ਆ, ਪਾਣੀ ਤਾਂ ਵੈਸੇ ਦਿਨ 'ਚ ਲਾਉਣਾ ਚਾਹੀਦਾ, ਦਿਨ 'ਚ ਵਧੀਆ। ਪਹਿਲਾਂ ਮੈਂ ਸੋਚ ਰਿਹਾ ਤਾ ਵੀ ਮੈਂ ਵੀ ਘਨੋਲੇ ਜਾ ਜਾਂਦਾ ਕਬੱਡੀ ਕੱਪ, ਮੈਂ ਵੀ ਦੇਖ ਆਉਂਦਾ ਜਾ ਕੇ, ਅਤੇ ਫਿਰ ਮਨ ਮਾਰਿਆ ਮੈਂ ਛੱਡ ਪਰਾਂ, ਕਿਉਂਕਿ ਜਿਹੜਾ ਰੋਲ ਰੱਪੇ ਵਾਲਾ ਇਹ ਹਿਸਾਬ ਕਿਤਾਬ ਆਪਣੇ ਕੰਮ ਵੱਸਦਾ ਹੈ ਨਹੀਂ ਆ। ਤੁਹਾਨੂੰ ਜਿਵੇਂ ਪਤਾ ਹੀ ਆਪਾਂ ਨੂੰ ਬਸ ਸ਼ਾਂਤ ਇਲਾਕਾ ਵਧੀਆ ਲੱਗਦਾ, ਸ਼ਾਂਤ ਰਹਿਣਾ ਵਧੀਆ ਲੱਗਦਾ, ਆਪਾਂ ਰਹਿੰਦੇ ਚੁੱਪ ਚਾਪ ਆ, ਜ਼ਿਆਦਾ ਬੋਲਦੇ ਬੋਲਦੇ ਹੈ ਨਹੀਂ ਆ, ਤਾਂ ਕਰਕੇ ਆਪਾਂ ਇਹੋ ਜਿਹੇ ਕੰਮਾਂ ਤੋਂ ਦੂਰੇ ਰਹਿੰਦੇ ਆ। ਹੈਲੋ, ਇੱਦਾਂ ਦੇਖ ਰਹੀ ਮੈਂ, ਬਾਏ ਗਾਈਸ, ਆਪਣੇ ਖੇਤ ਵੀ ਆ ਗਏ। ਦੇਖ ਲਓ ਜਿਵੇਂ ਮੈਂ ਕਿਹਾ ਤਾ ਵੀ ਰਾਤ ਨੂੰ ਪਾਣੀ ਲਾਉਣਾ ਔਖਾ ਹੁੰਦਾ, ਦਿਨ 'ਚ ਪਾਣੀ ਲਾਉਣਾ ਵਧੀਆ ਜੇ, ਦੇਖ ਲਓ ਕਿੱਦਾਂ ਗਿਰੀ ਵੀ ਰਾਤ ਦੀ, ਕਿਉਂਕਿ ਪਾਣੀ ਲਾਉਣਾ ਹੁੰਦਾ ਫਿਰ ਪੈਪ ਉੱਧਰ ਤੋਂ ਚੱਕ ਚੱਕ ਕੇ ਕਰਨੇ ਪੈਂਦੇ ਆ ਨਾ, ਜਿੱਦਾਂ ਕਣਕ ਟੁੱਟ ਜਾਂਦੀ ਆ, ਆ ਤਾਂ ਹੈ ਵੀ ਇਕੱਲਾ ਹੀ ਦਾ ਉਹ, ਹੋਰ ਕੋਈ ਹੈ ਵੀ ਨਹੀਂ ਦੌਰੇ ਨਾਲ, ਇੱਦਾਂ ਨੁਕਸਾਨ ਹੋ ਜਾਂਦਾ ਫਿਰ ਰਾਤ ਨੂੰ। ਕਣਕਾਂ ਕੁਣਕਾਂ ਨੂੰ ਪਾਣੀ ਤਾਂ ਦਿਨ 'ਚ ਲਾਉਣਾ ਚਾਹੀਦਾ, ਦਿਨ 'ਚ ਬੈਸਟ ਆ। ਆਹ ਇੰਨੀ ਕੁ ਜਗ੍ਹਾ ਕਣਕ ਹੋਈ ਉਹਦੀ, ਪਰ ਪਾਣੀ ਵੀ ਨਹੀਂ ਲੱਗਿਆ ਵਾ ਚੱਜ ਨਾਲ, ਬਾਕੀ ਤਾਂ ਠੀਕ ਆ ਕਣਕ। ਕਿ ਥੋੜ੍ਹੀ ਦੇਰ ਬਹਿ ਜਾਂਦੇ ਆਪਾਂ ਉਰੇ ਮਾੜਾ ਮੋਟਾ ਮੌਸਮ ਜਿਹਾ ਫੀਲ ਕਰਕੇ, ਅਤੇ ਬਾਕੀ ਫਿਰ ਥੱਲੇ ਨੂੰ ਚੱਲਦੇ ਆ, ਕਣਕ ਕੁਣਕ ਤਾਂ ਦੇਖ ਲੈਤੀ ਵੀ ਪਾਣੀ ਠੀਕ ਹੀ ਲੱਗਿਆ ਹੋਇਆ, ਅਤੇ ਬਾਕੀ ਥੱਲੇ ਚੱਲਦੇ ਆ, ਥੱਲੇ ਜਾ ਕੇ ਮੂਵੀ ਦੇਖਦੇ ਆ ਜਿਹੜੀ ਪਈ ਆ,
ਜਿਵੇਂ ਸਵੇਰ ਗੱਲ ਕਰੀ ਸੀ ਵੀ ਅਸੀਂ ਕੱਲ੍ਹ ਕਿਤੇ ਜਾ ਰਹੇ ਹਾਂ ਬਾਈ ਨਾ ਦੱਸ ਦਿੰਦਾ ਹੈ ਵੀ ਅਸੀਂ ਪਹਾੜਾਂ 'ਚ ਜਾ ਰਹੇ ਹਾਂ ਤੁਹਾਨੂੰ ਜਿਵੇਂ ਪਤਾ ਹੀ ਬਸ ਮੈਨੂੰ ਪਹਾੜ ਪੂੜ ਵਧੀਆ ਲੱਗਦੇ ਦੇਖਣੇ ਅਤੇ ਕੱਲ੍ਹ ਪਹਾੜਾਂ 'ਚ ਜਾ ਰਹੇ ਹਾਂ ਕੱਲ੍ਹ ਜਾਊਂਗੇ ਪਰਸੋਂ ਨੂੰ ਮੁੜਿਆਉਂਗੇ ਸ਼ਾਮ ਤੱਕ ਅਤੇ ਬਾਕੀ ਕੱਲ੍ਹ ਵਾਲੀ ਵੀਡੀਓ 'ਚ ਦੱਸੂਗੇ ਕੱਲ੍ਹ ਵਾਲੀ ਵੀਡੀਓ 'ਚ ਪਤਾ ਲੱਗੂਗਾ ਵੀ ਕਿੱਥੇ ਚੱਲੇ ਆ ਬਸ ਥੋੜ੍ਹੀ ਦੇਰ ਬੈਠਾ ਬੂਠਾ ਉਰੇ ਹਵਾ ਚੱਲੀ ਜਾਂਦੀ ਆ ਅਤੇ ਬਾਕੀ ਥੱਲੇ ਨੂੰ ਚੱਲਦੇ ਆ ਬਸ ਬੈਠ ਲਏ ਜਿੰਨੀ ਦੇਰ ਬੈਠਣਾ ਦਾ ਜਿਹੜਾ ਕੁਝ ਦੇਖਣਾ ਇਹ ਤੋਂ ਬਾਅਦ ਦੇਖ ਲਿਆ ਵਾ ਕਣਕ ਵਧੀਆ ਹੈ ਕਿ ਅਗਲਾ ਮਹੀਨਾ ਮਾਰਚ ਅਪ੍ਰੈਲ ਦੇ ਸਟਾਰਟਿੰਗ 'ਚ ਸ਼ਾਇਦ ਹੋ ਜਾਣੀ ਵੱਢ ਵੁੱਢ ਕਣਕ ਸਾਰੀ ਇਹ ਲਓ ਬਈ ਘਰਾਂ ਪਹੁੰਚ ਗਏ ਆਪਾਂ ਇਹ ਮੂਵੀ ਕਰੀਏ ਕੰਟੀਨਿਊ ਜਿਹੜੀ ਰਹਿੰਦੀ ਆ ਮੂਵੀ ਦੇਖ ਕੇ ਫਿਰ ਦੁਬਾਰੇ ਮਿਲਦੇ ਆਪਾਂ ਹੁਣ ਨਾ ਮੈਨੂੰ ਕਹੀ ਦੀ ਗਿਆ 2 ਮਹੀਨੇ ਕਿਉਂ ਗਿਆ ਇੰਨੇ ਦਿਨ ਹੋ ਗਏ ਜਾਣ ਖਾਧੀ ਨੂੰ ਪਾਰਟੀ ਤੋਂ ਮੇਰੀ ਤਰਫ ਸੇ ਖਾਧੀ ਦੇ ਚੱਲ ਪੈਸੇ ਦੇ ਦੀ ਫਿਰ ਠੀਕ ਹੈ ਠੀਕ ਹੈ ਦੇਖ ਲਓ ਫਿਰ ਠੀਕ ਆ ਪੀਜ਼ਾ ਖਾਣ ਅਤੇ ਹੁਣ ਘਰ ਨੂੰ ਚੱਲਦੇ ਆ ਅਤੇ ਘਰ ਜਾ ਕੇ ਮਿਲਦੇ ਆ ਟਾਈਮ ਹੋ ਗਿਆ ਪਹਿਲਾਂ ਵੀ ਬਹੁਤ ਅਤੇ ਨਿਆਣੇ ਨਹੀਂ ਵੀ ਆਉਣਾ ਟਿਊਸ਼ਨ ਵਾਲਿਆਂ ਨੇ ਅਤੇ ਡਾਇਰੈਕਟ ਘਰ ਜਾ ਕੇ ਮਿਲਦੇ ਫਿਰ ਮੈਂ ਸੋਚਿਆ ਪਹਿਲਾਂ ਵੀਡੀਓ ਐਂਡ ਕਰਕੇ ਅਪਲੋਡ ਕਰ ਦਿੰਦੇ ਆ ਅਤੇ ਮਿਲਦੇ ਹਾਂ ਫਿਰ ਆਪਾਂ ਨਵੀਂ ਵੀਡੀਓ ਦੇ ਨਾਲ ਮਿਲਦੇ ਹਾਂ ਜੀ ਫਿਰ ਆਪਾਂ ਨਵੀਂ ਵੀਡੀਓ ਦੇ ਨਾਲ